ਡਾਕਟਰ ਸਰੂਪ ਸਿੰਘ ਮਰਵਾਦੀ ਪੁਸਤਕ ਦਾ ਅਗਲਾ ਵਿਸ਼ਾ ਹੈ ਨਿਸਲਤਾ ਰਿਲੈਕਸੇਸ਼ਨ ਦੇ ਲਾਭ ਪਹਿਲਾ ਨਿਸਲਤਾ ਦੇ ਆਮ ਲਾਭ ਕੀ ਹਨ ਜਵਾਬ ਹੈ ਨਿਸਲਤਾ ਦੇ ਕੁਝ ਕੁ ਆਮ ਲਾਭ ਇਹ ਹਨ ਪਹਿਲਾ ਨਿਸਲਤਾ ਮਨੁੱਖ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ Arogya ਰੱਖਦੀ ਹੈ ਦੂਜਾ ਇਹ ਉਹਦੀ ਧਨ ਦੌਲਤ ਕਮਾਉਣ ਦੀ ਤਾਕਤ ਨੂੰ ਵਧਾਉਂਦੀ ਹੈ ਤੀਜਾ ਇਹ ਉਹਦੀ ਮਾਨਸਿਕ ਤੇ ਸਰੀਰਕ ਸ਼ਕਤੀ ਨੂੰ ਬਰਕਰਾਰ ਰੱਖਦੀ ਹੈ ਚੌਥਾ ਇਹ ਬਿਮਾਰੀਆਂ ਦਾ ਟਕਰਾ ਕਰਨ ਚ ਮਨੁੱਖ ਦੀ ਬੜੀ ਸਹਾਇਤਾ ਕਰਦੀ ਹੈ ਪੰਜਵਾਂ ਇਹ ਉਮਰ ਵਧਾਉਂਦੀ ਹੈ ਦੂਸਰਾ ਕੀ ਉਹ ਲੋਕ ਜਿਹੜੇ ਨਿਸਲਤਾ ਦਾ ਅਭਿਆਸ ਕਰਦੇ ਹਨ ਉਹਨਾਂ ਨੂੰ ਬਿਮਾਰੀ ਤੋਂ ਜਲਦੀ ਆਰਾਮ ਆਉਂਦਾ ਹੈ ਜੀ ਹਾਂ ਜਿਹੜੇ ਲੋਕ ਨਿਸਲ ਰਹਿਣਾ ਜਾਣਦੇ ਹਨ ਜੇ ਉਹ ਬਿਮਾਰ ਹੋ ਜਾਂਦਾ ਉਹਨਾਂ ਨੂੰ ਇਹ ਕਾਮ ਆਦਮੀ ਨਾਲੋਂ ਜਲਦੀ ਆਰਾਮ ਆ ਜਾਂਦਾ ਤੇ ਉਹਨਾਂ ਉੱਤੇ ਦਵਾਈ ਦਾ ਅਸਰ ਵੀ ਜਲਦੀ ਤੇ ਵਧੇਰੇ ਹੁੰਦਾ ਹੈ ਕੀ ਨਿਸਲਤਾ ਚਿੜਚਿੜੇਪਨ ਨੂੰ ਘਟਾਉਂਦੀ ਹੈ ਇਹ ਗੱਲ ਬਿਲਕੁਲ ਠੀਕ ਹੈ ਕਿ ਨਿਸਲਤਾ ਮਨੁੱਖ ਦੀ ਚਿੜਚਿੜੇ ਸੁਭਾ ਨੂੰ ਘਟਾਉਂਦੀ ਹੈ ਨਿਸਲਤਾ ਦੇ ਅਭਿਆਸ ਨਾਲ ਜਦੋਂ ਮਾਨਸਿਕ ਖਿਚਾਓ ਘਟ ਜਾਂਦਾ ਹੈ ਤਾਂ ਇਹਦੇ ਨਾਲ ਹੀ ਚਿੜਚੜਾਪਨ ਵੀ ਆਪਣੇ ਆਪ ਘਟ ਜਾਂਦਾ ਹੈ ਕਿਉਂਕਿ ਚਿੜਚੜੇਪਨ ਦਾ ਕਾਰਨ ਆਮ ਤੌਰ ਤੇ ਮਾਨਸਿਕ ਜਾਂ ਸਰੀਰਕ ਖਿਚਾਓ ਹੁੰਦਾ ਹੈ ਚੌਥਾ ਕਿ ਡਰ ਗਮ ਫਿਕਰ ਤੇ ਖਿਚਾਓ ਦੇ ਕਾਰਨ ਪੈਦਾ ਹੋਈਆਂ ਪੇਟ ਦੀਆਂ ਬਿਮਾਰੀਆਂ ਨੂੰ ਨਿਸਲਤਾ ਫਾਇਦਾ ਪਹੁੰਚਾਉਂਦੀ ਹੈ ਜਿਕਰ પેટ ਦੀਆਂ ਬਿਮਾਰੀਆਂ ਜਿਵੇਂ ਕਿ ਪੇਟ ਦਰਦ ਢਿੱਡ ਚ ਵੱਟ ਪੈਣੇ ਪੇਟ ਚ ਗੈਸ ਹੋ ਜਾਣੀ ਪੇਟ ਚ ਜ਼ਖਮ ਅਲਸਰ ਹੋਣੇ ਮਰੋੜ ਕਬਜ਼ ਬਦਹਜ਼ਮੀ ਆਦਾਂ ਕਾਰਨ ਵਾਕਿਆ ਹੀ ਕੋਈ ਡਰ ਜਾਂ ਚਿੰਤਾ ਹੈ ਤਾਂ ਨਿਸਲ ਤੈ ਇਹਨਾਂ ਨੂੰ ਠੀਕ ਕਰਨ ਚ ਕਾਫੀ ਸਹਾਇਤਾ ਦਿੰਦੀ ਹੈ ਇਸ ਚ ਸ਼ੱਕ ਕਰਨ ਦੀ ਕੋਈ ਗੁੰਜਾਇਸ਼ ਨਹੀਂ ਪਨਵਾ ਕਈ ਮਰੀਜ਼ ਸ਼ਿਕਾਇਤ ਕਰਦੇ ਹਨ ਕਿ ਸਾਡੇ ਸੰਗ ਚ ਕੋਈ ਗੋਲਾ ਜਿਹਾ ਫਸਿਆ ਰਹਿੰਦਾ ਹੈ ਕੀ ਨਿਸਲਤਾ ਨੂੰ ਦੂਰ ਕਰ ਸਕਦੀ ਹੈ ਜਿਨ੍ਹਾਂ ਲੋਕਾਂ ਨੂੰ ਸੰਗ ਵਿੱਚ ਗੋਲੇ ਦੀ ਸ਼ਿਕਾਇਤ ਰਹਿੰਦੀ ਹੈ ਉਹਨਾਂ ਵਾਸਤੇ ਨਿਸਲਤਾ ਬੜੀ ਲਾਭਦਾਇਕ ਚੀਜ਼ ਹੈ ਇਹਦਾ ਕਾਰਨ ਇਹ ਹੈ ਕਿ ਜਿਸ ਵਕਤ ਕਿਸੇ ਚਿੰਤਾ ਜਾਂ ਡਰ ਦੇ ਕਾਰਨ ਖੁਰਾਕ ਦੀ ਨਾਲੀ ਦੇ ਪੱਠੇ ਖਿਚਾਓ ਵਿੱਚ ਆ ਕੇ ਸੁੰਗੜਦੇ ਹਨ ਤਾਂ ਉਸ ਥਾਂ ਨੂੰ ਮਨੁੱਖ ਨੂੰ ਗੋਲਾ ਜਿਹਾ ਅਨੁਭਵ ਹੁੰਦਾ ਹੈ ਤੇ ਜਦੋਂ ਆਦਮੀ ਨਿਸਲਤਾ ਦਾ ਅਭਿਆਸ ਕਰਦਾ ਹੈ ਉਦੀ ਖੁਰਾਕ ਦੀ ਨਾਲੀ ਦੇ ਪੱਠਿਆਂ ਦਾ ਖਿਚਾਓ ਤੇ ਸੁੰਗੜਾ ਦੂਰ ਹੋ ਜਾਂਦਾ ਹੈ ਇਸ ਦੇ ਨਾਲ ਹੀ ਉਹ ਸੰਗ ਦਾ ਗੋਲਾ ਵੀ ਆਪਣੇ ਆਪ ਹੀ हट ਜਾਂਦਾ ਹੈ ਕਈ ਮਰੀਜ਼ਾਂ ਨੂੰ ਗੋਲੇ ਦੀ بجائے ਗਲਾ ਬੰਦ ਹੋਣਾ ਮਲੂਮ ਹੁੰਦਾ ਹੈ ਇਹ ਵੀ ਨਿਸਲਤਾ ਨਾਲ ਠੀਕ ਹੋ ਜਾਂਦਾ ਹੈ 6 ਕੀ ਨਿਸਲਤਾ ਸਿਰ ਦਰਦ ਨੂੰ ਦੂਰ ਕਰਦੀ ਹੈ ਇਸ ਕੋਈ ਸ਼ੱਕ ਵਾਲੀ ਗੱਲ ਨਹੀਂ ਜੇ ਸਿਰ ਦਰਦ ਦਾ ਕਾਰਨ ਚਿੰਤਾ ਜਾਂ ਮਾਨਸਿਕ ਖਿਚਾਓ ਹੈ ਕੰਨ ਨਿਸਲਤਾ ਰਹੀਂ ਇਹਨੂੰ ਕਾਫੀ ਆਰਾਮ ਮਿਲਦਾ ਹੈ ਇਸ ਬਾਰੇ ਡਾਕਟਰ ਹੈਰਲਡ ਵੁਲਫ ਦੇ ਸ਼ਬਦ ਯਾਦ ਰੱਖੋ ਬਹੁਤ ਸਾਰੇ ਮਰੀਜ਼ਾਂ ਵਿੱਚ ਸਿਰ ਦਰਦ ਦਾ ਕਾਰਨ ਆਮ ਤੌਰ ਤੇ ਸਿਰ ਦੇ ਤੇ ਗਰਦਨ ਦੇ ਪਿਛਲੇ ਪਾਸੇ ਦੇ ਪੱਠਿਆਂ ਦੀ ਖਿੱਚ ਹੁੰਦਾ ਹੈ ਪੱਠਿਆਂ ਦੀ ਖਿੱਚ ਮਸਲਸ ਟੈਂਸ਼ਨ ਨੂੰ ਦੂਰ ਕਰਕੇ ਸਿਰ ਦਰਦ ਨੂੰ ਆਰਾਮ ਦਿੰਦੀ ਹੈ ਸਤਵਾਂ ਕੀ ਨਿਸਲਤਾ ਹਾਈ ਬਲੱਡ ਪ੍ਰੈਸ਼ਰ ਲਈ ਲੱਗ ਸਕਿਆ ਜੀ ਹਾਂ ਨਿਸਲਤਾ ਹਾਈ ਬਲੱਡ ਪ੍ਰੈਸ਼ਰ ਲਈ ਬਹੁਤ ਲਾਭਦਾਇਕ ਹੈ ਡਾਕਟਰ ਡੇਵਿਡ ਫਿੰਕ ਨੇ ਕਈ ਮਰੀਜ਼ਾਂ ਦਾ ਬਲੱਡ ਪ੍ਰੈਸ਼ਰ ਨਿਸਲਤਾ ਤੋਂ ਪਹਿਲੇ ਲੈ ਕੇ ਤੇ ਫਿਰ ਨਿਸਲਤਾ ਦੇ 20 ਮਿੰਟ ਦੇ ਅਸਿਆ ਅਭਿਆਸ ਵਿੱਚੋਂ ਲੈ ਕੇ ਸਿੱਧ ਕੀਤਾ ਹੈ ਕਿ ਨਿਸਲਤਾ ਨਾਲ ਬਲੱਡ ਪ੍ਰੈਸ਼ਰ ਘਟ ਜਾਂਦਾ ਹੈ ਡਾਕਟਰ ਡੇਵਿਡ ਹੈਰਲਡ ਫਿੰਕ ਕਹਿੰਦੇ ਹਨ ਮੈਂ ਮਰੀਜ਼ਾਂ ਨੂੰ 20 ਮਿੰਟ ਨਿਸਲਤਾ ਰਾਈ ਮੁਕੰਮਲ ਆਰਾਮ ਦੇ ਕੇ ਵੇਖਿਆ ਹੈ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ 160 ਡਰਜੇ ਤੋਂ 120 ਡਰਜੇ ਤੇ ਆ ਜਾਂਦਾ ਹੈ ਇਸ ਤੋਂ ਸਿੱਧ ਹੁੰਦਾ ਹੈ ਕਿ ਜੋ ਬਲੱਡ ਪ੍ਰੈਸ਼ਰ ਦੇ ਮਰੀਜ਼ ਨਿਸਲਤਾ ਦੇ ਅਭਿਆਸ ਕਰਨ ਤਾਂ ਉਹਨਾਂ ਨੂੰ ਇਸ ਤੋਂ ਕਾਫੀ ਆਰਾਮ ਮਿਲ ਸਕਦਾ ਹੈ ਇਸ ਤਰ੍ਹਾਂ ਨਿਸਲਤਾ ਦਾ ਦਿਲ ਉੱਤੇ ਪਏ ਬੋਝ ਹਾਰਟ ਸਟ੍ਰੇਨ ਨੂੰ ਵੀ ਹਲਕਾ ਕਰਦੀ ਹੈ ਤੇ ਦਿਲ ਦੀ ਬਿਮਾਰੀ ਦੇ ਰੋਗੀਆਂ ਨੂੰ ਕਾਫੀ ਲਾਭ ਪਹੁੰਚਾਉਂਦੀ ਹੈ ਕਿਸੇ ਡਾਕਟਰ ਦੇ ਇਹ ਸ਼ਬਦ ਜੀ ਤੁਹਾਨੂੰ ਤਾਂ ਬਲੱਡ ਪ੍ਰੈਸ਼ਰ ਹੈ ਸੁਣ ਕੇ ਲੋਕ ਕਬਰਾ ਜਾਂਦੇ ਹਨ ਤੇ ਸਾਲਾਂ ਬੱਧੀ ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਖਾਂਦੇ ਰਹਿੰਦੇ ਹਨ ਡਾਕਟਰ ਬੇਸ਼ ਦਾ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਬਾਰੇ ਵਿਚਾਰ ਹੈ ਕਿ ਇਹਨਾਂ ਨੂੰ ਰਾਜ਼ੀ ਕਰਨ ਲਈ ਕੇਵਲ ਇਹਨਾਂ ਦਾ ਮਾਨਸਿਕ ਖਿਚਾਅ ਦੂਰ ਕਰਨ ਦੀ ਲੋੜ ਹੈ। ਦਿਲ ਦੀ ਬਿਮਾਰੀ ਦੇ ਮਰੀਜ਼ਾਂ ਬਾਰੇ ਡਾਕਟਰ ਲੂਇਸ ਬੇਸ਼ ਕਹਿੰਦੇ ਹਨ ਦਿਲ ਦੇ ਮਰੀਜ਼ਾਂ ਦੀ ਉਮਰ ਚਵਾਦਾ ਕੀਤਾ ਜਾ ਸਕਦਾ ਹੈ ਜੇ ਉਹਨਾਂ ਦਾ ਮਾਨਸਿਕ ਤੇ ਸਰੀਰਕ ਖਿਚਾਅ ਤੇ ਤਣਾਅ ਦੂਰ ਕਰ ਦਿੱਤਾ ਜਾਵੇ। ਡਾਕਟਰ ਲੌਂਗ ਨੇ ਸਾਲ 1950 ਵਿੱਚ ਹਾਈ ਬਲੱਡ ਪ੍ਰੈਸ਼ਰ ਦੇ ਕਾਰਨਾਂ ਬਾਰੇ ਜੋ ਪੜਤਾਲ ਕੀਤੀ ਸੀ ਉਦੇ ਅੰਕੜਿਆਂ ਅਨੁਸਾਰ ਬਲੱਡ ਪ੍ਰੈਸ਼ਰ ਦੇ ਬਹੁਤ ਸਾਰੇ ਮਰੀਜ਼ਾਂ ਦੀ ਬਿਮਾਰੀ ਦਾ ਅਸਲ ਕਾਰਨ ਮਾਨਸਿਕ ਖਿਚਾਓ ਮਤਲਬ ਮੈਂਟਲ ਟੈਨਸ਼ਨ ਹੈ ਜਿਵੇਂ ਕਿ ਡਰ, ਗਮ, ਫਿਕਰ, ਚਿੰਤਾ, ਕ੍ਰੋਧ ਆਦਿ ਨਿਸਲਤਾ ਇਸ ਖਿਚਾਓ ਨੂੰ ਦੂਰ ਕਰਕੇ ਬਲੱਡ ਪ੍ਰੈਸ਼ਰ ਨੂੰ ਘਟਾਉਂਦੀ ਹੈ ਅਗਲਾ ਕਈ ਲੋਕ ਥੱਥ ਲਾਉਂਦੇ ਹਨ ਸਟੈਮਰ ਕਰਦੇ ਹੈ ਕਿ ਨਿਸਲਤਾ ਜੇ ਲੋਕਾਂ ਨੂੰ ਕੋਈ ਫਾਇਦਾ ਪਹੁੰਚਾ ਸਕਦੀ ਹੈ ਡਾਕਟਰ ਸੈਮਿਊਲ ਡਬਲਯੂ ਗੱਟ ਵਿੱਚ ਦੇ ਸ਼ਬਦਾਂ ਅਨੁਸਾਰ ਨਿਸਲਤਾ ਥਥਲਾਉਂਦੇ ਮਰੀਜ਼ਾਂ ਲਈ ਲਾਭਦਾਇਕ ਹੈ। ਉਹਨਾਂ ਇਹ ਵੀ ਲਿਖਿਆ ਹੈ ਕਿ ਗੱਲ ਇਸ ਗੱਲ ਦੀ ਚੰਗੀ ਤਰ੍ਹਾਂ ਪੜਤਾਲ ਵੀ ਕੀਤੀ ਹੈ ਕਿ ਜਿਹੜੇ ਬੱਚੇ ਜਾਂ ਆਦਮੀ ਥਥਲਾਉਂਦੇ ਹਨ ਉਹਨਾਂ 'ਚ ਕਬਰਾਹਟ ਮਤਲਬ ਨਰਵਸਨੈਸ ਦਾ ਕਾਫੀ ਅੰਸ਼ ਹੁੰਦਾ ਹੈ। ਕਿਉਂਕਿ ਨਿਸਲਤਾ ਮਨੁੱਖ ਦੀ ਕਬਰਾਹਟ ਨੂੰ ਦੂਰ ਕਰਦੀ ਹੈ। ਇਸੇ ਲਈ ਥਥਲਾਉਣ ਦੇ ਰੋਗ ਨੂੰ ਵੀ ਇਹਦੇ ਨਾਲ ਫਾਇਦਾ ਹੋਏਗਾ ਖਿਚਾਓ ਮਤਲਬ ਟੈਨਸ਼ਨ ਨਾਲ ਵੀ ਮਨੁੱਖ ਥਥਲਾਉਣ ਲੱਗ ਪੈਂਦਾ ਹੈ ਕਿਉਂਕਿ ਨਿਸਲਤਾ ਖਿਚਾਓ ਨੂੰ ਦੂਰ ਕਰਦੀ ਹੈ ਇਸ ਲਈ ਥਥਲਾਉਣ ਦੀ ਬਿਮਾਰੀ ਲਈ ਇਹ ਲਾਭਦਾਇਕ ਨਵਾਂ ਪੁਆਇੰਟ ਕੀ ਦਿਲ ਦੀ ਬਿਮਾਰੀ ਦੇ ਰੋਗੀਆਂ ਲਈ ਨਿਸਲਤਾ ਜ਼ਰੂਰੀ ਹੈ ਬਹੁਤ ਜ਼ਰੂਰੀ ਦਿਲ ਦੀ ਬਿਮਾਰੀ ਦੇ ਰੋਗੀਆਂ ਲਈ ਨਿਸਲਤਾ ਅਤਿਅੰਤ ਜ਼ਰੂਰੀ ਹੈ ਇਹਦਾ ਕਾਰਨ ਹੈ ਅੱਜਕੱਲ ਦੇ ਖਿਚਾਓ ਤਣਾਅ ਤੇ ਕੰਪੀਟੀਸ਼ਨ ਦੇ ਸਮੇਂ ਖਿਚਾਓ ਤੇ ਚਿੰਤਾ ਦਿਲ ਦੀਆਂ ਬਿਮਾਰੀਆਂ ਦਾ ਇੱਕ ਵੱਡਾ ਕਾਰਨ ਹੈ ਇਸ ਲਈ ਦਿਲ ਦੀ ਬਿਮਾਰੀ ਦੇ ਰੋਗੀਆਂ ਲਈ ਨਿਸਲਤਾ ਦਾ ਅਭਿਆਸ અત્યੰਤ ਜ਼ਰੂਰੀ ਹੈ ਨਿਸਲਤਾ ਇਹਨਾਂ ਲੋਕਾਂ ਲਈ ਬਹੁਤ ਹੀ ਲਾਭਦਾਇਕ ਹੈ ਕਿਉਂਕਿ ਇਹ ਖਿਚਾਓ ਨੂੰ ਦੂਰ ਕਰਦੀ ਹੈ ਇਸ ਵਾਰ ਇੰਗਲੈਂਡ ਦੇ ਪ੍ਰਸਿੱਧ ਫਿਜ਼ੀਸ਼ੀਅਨ ਡਾਕਟਰ ਲੂਇਸ ਬੇਸ ਤੇ ਸ਼ਬਦ ਧਿਆਨ ਯੋਗ ਹਨ ਦਿਲ ਦੇ ਮਰੀਜ਼ਾਂ ਦੀ ਉਮਰ 'ਚ ਵਾਧਾ ਕੀਤਾ ਜਾ ਸਕਦਾ ਹੈ ਜੇ ਉਹਨਾਂ ਦਾ ਮਾਨਸਿਕ ਤੇ ਸਰੀਰਕ ਖਿਚਾਓ ਤੇ ਤਣਾਅ ਦੂਰ ਕਰ ਦਿੱਤਾ ਜਾਵੇ ਤਾਂ